10,000 ਨੌਜਵਾਨਾਂ ਦਾ ਇੱਥੇ ਇਕੱਠ ਹੋਇਆ, 10,000 ਇਹਨਾਂ ਲੋਕਾਂ ਦੇ ਬੱਚਿਆਂ ਦਾ ਮੈਂ ਕਿਵੇਂ ਦੇਣਾ ਦਊਂਗਾ ਜੋ ਇਹਨਾਂ ਨੇ ਅੱਜ, ਮੈਨੂੰ ਲੱਗਦਾ ਅੱਜ ਦਾ ਇਹ ਇਕੱਠ ਦੇਖ ਕੇ ਰਾਜੇ ਵੜਿੰਗ ਦੀਆਂ ਗੱਡੀਆਂ ਵਾਪਸ ਗਿੱਦੜਬਾਹੇ ਚੱਲ ਜਾਣੀਆਂ। ਬਿੱਟੂ ਨੇ ਅੱਜ ਅਮਿਤ ਸ਼ਾਹ ਆਇਆ ਹੋਇਆ ਉਹਦੇ ਨਾਲ ਬਹਿ ਕੇ ਜਹਾਜ਼ 'ਚ ਦਿੱਲੀ ਚੱਲ ਜਾਣਾ। ਕੀ ਲੱਗਦਾ ਜੀ, ਲਗਾਤਾਰ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ ਤਾਂ ਦੂਸਰੇ ਪਾਸੇ ਜਿਹੜਾ ਵਿਰੋਧੀਆਂ ਵੱਲੋਂ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ। ਇੱਕ ਆਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਜਿਹੜੀ ਵਿਧਾਇਕ ਰਵਿੰਦਰਪਾਲ ਕੌਰ ਸ਼ੀਨਾ ਦਾ, ਅਤੇ ਉਸਦੇ ਵਿੱਚ ਕਿਹਾ ਜਾ ਰਿਹਾ ਕਿ ਬਿੱਟੂ ਦੀ ਜਿੱਤ ਹਾਸਲ ਹੋ ਰਹੀ ਹੈ ਜਾਂ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਬਾਰੇ। ਦੇਖੋ ਗੱਲ ਸੁਣੋ ਮੇਰੀ, ਇਹ ਕੋਸ਼ ਹੋਈ ਜਾਵੇ ਜਿੱਧਰ ਆ ਯੂਥ ਚਲੇ ਗਿਆ ਨਾ, ਇਹਨਾਂ ਨੇ ਤਾਂ ਚੰਗੇ ਚੰਗੇ ਨੱਕੇ ਮੋੜਤੇ। ਇਹ ਕੀ ਚੀਜ਼ ਆ, ਕੁਛ ਕਰ ਲਓ, ਹੁਣ ਮੇਰੀ ਗੱਲ ਸੁਣ ਲਓ। ਇਹ ਝਾੜੂ ਫਿਰ ਗਿਆ ਅੱਜ, ਅੱਜ ਦੇ ਇਹ ਜਲਸੇ ਨੇ ਇਹ ਦੱਸਤਾ, ਅੱਜ ਦੀ ਰੈਲੀ ਨੇ ਕੀਤਾ ਤਾਂ ਜਲਸਾ ਸੀ ਪਰ 10,000 ਯੂਥ ਇਕੱਠਾ ਹੋ ਕੇ ਅੱਜ ਇਹਨਾਂ ਨੇ ਇਹ ਦੱਸਤਾ, ਝਾੜੂ ਫੇਰਤਾ ਸਾਰੇ। ਬੀਜੇਪੀ ਦੇ ਵਰਕਰ ਤਾਂ ਕਹਿੰਦੇ ਕਿ ਅੱਜ ਅਮਿਤ ਸ਼ਾਹ ਪਹੁੰਚ ਰਹੇ, ਪੰਜਾਬ ਦੀ ਹਵਾ ਚੇਂਜ। ਹਾਂ ਦੇਖ ਲਓ, ਹਵਾ ਹੋ ਗਈ ਚੇਂਜ, ਸਾਰੇ ਇੱਧਰ ਹੀ ਆ ਗਏ, ਹਵਾ ਹੋ ਗਈ ਚੇਂਜ, ਹਵਾ ਹੋ ਗਈ ਚੇਂਜ। ਸਰ ਯੋਗੀ ਤੇ ਮੋਦੀ ਜਿਹੜੇ ਆ ਉਹਨਾਂ ਦੇ ਰੱਦ ਕਰ ਦਿੱਤੀ ਗਈ ਹੈ, ਸਿਕਿਉਰਿਟੀ ਰੀਜ਼ਨ ਦੱਸੇ ਜਾ ਰਹੇ ਨੇ ਕਿ ਸਿਕਿਉਰਿਟੀ ਰੀਜ਼ਨ ਨਹੀਂ, ਮੋਦੀ ਨੂੰ ਪਤਾ ਉੱਥੇ ਪੱਪੀ ਲੜ ਰਿਹਾ ਇਲੈਕਸ਼ਨ ਤਾਂ ਕੈਂਸਲ ਕੀਤੀ। ਅਰਵਿੰਦ ਕੇਜਰੀਵਾਲ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਹਾਂ ਕੱਲ ਆ ਰਿਹਾ, ਦੇਖਿਓ ਕਿਵੇਂ ਰੋਡਾਂ ਦੇ ਉੱਤੇ, ਜਿਵੇਂ ਭੋਲਾਈ ਦੀ ਕੌਂਸੀਚੁਐਂਸੀ 'ਚ ਮੁੱਖ ਮੰਤਰੀ ਸਾਹਿਬ ਸੀਗਾ, ਉਸੇ ਤਰ੍ਹਾਂ ਹੀ ਕੱਲ੍ਹ ਰੋਡ ਸ਼ੋਅ ਹੋਣ ਜਾ ਰਿਹਾ ਵਾ। ਔਰ ਕੱਲ੍ਹ ਬਿਲਕੁਲ ਫਾਈਨਲ ਕਰ ਦਾਂਗੇ, ਲੁਧਿਆਣੇ ਦੇ ਲੋਕ ਫਾਈਨਲ ਕਰ ਦੂਗੇ ਕੱਲ੍ਹ ਨੂੰ। ਅੱਜ ਯੂਥ ਨੇ ਲਾ ਤਾ ਨੀਂਹ ਰੱਖਤੀ, ਕੱਲ੍ਹ ਨੂੰ ਫਾਈਨਲ ਇੱਟਾਂ ਲੱਗ ਕੇ ਫਾਈਨਲ ਹੋ ਜਾਣਾ। ਬਿਆਨ ਹੈ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਦਿੱਲੀ ਦੀ ਕਟਪੁਤਲੀ ਬਣ ਕੇ ਚੱਲਦੀ ਹੈ। ਦੇਖੋ ਗੱਲ ਸੁਣੋ ਮੇਰੀ, ਮੋਦੀ ਨੂੰ ਕਹਿ ਪਹਿਲਾਂ ਪੰਜਾਬ ਦੇ ਬਾਰੇ ਤਾਂ ਗੱਲ ਕਰੇ, ਪਹਿਲਾਂ 8,000 ਕਰੋੜ ਰੁਪਈਆ ਜਿਹੜਾ ਸਾਡੇ ਪੰਜਾਬੀਆਂ ਦਾ ਬਣਦਾ ਹੱਕ ਆ ਉਹ ਲਵੇ, ਸਾਨੂੰ ਫਿਰ ਪੰਜਾਬ 'ਚ ਵੋਟਾਂ ਮੰਗੇ। ਅੱਜ ਕਾਂਗਰਸ ਛੱਡ ਕੇ ਲੋਕ ਇਨਸਾਫ ਛੱਡ ਕੇ ਸ਼ਾਮਲ ਵੀ ਹੋਏ ਨੇ ਅੱਜ ਕਾਫੀ ਵਰਗਾ ਬਹੁਤ। ਅਜੇ ਤਾਂ ਦੇਖਿਓ, ਕੱਲ੍ਹ ਨੂੰ ਮੈਨੂੰ ਤਾਂ ਹੌਲੀ ਹੌਲੀ ਐਂ ਲੱਗਦਾ ਕਿਤੇ ਰਾਜਾ ਵੜਿੰਗ ਵੀ ਸਾਡੇ ਚੀਜ਼ਾਂ ਆ ਜਾਵੇ।